नौजवान ते रिश्तेदार ने ही चलाईयां गोलियां। 10 तो 12 लोगों ने दिता वारदात नूं अंजाम, कुटमार करके मौके तो होए फरार। दस दे के वड्डी वारदात वापरी है जिथे एक नौजवान ते उसके रिश्तेदारां ने ही गोलियां चला दित्तियां, जिस तो बाद उसकी कुटमार की गई ते उसके सिर ते वार करके उस नौजवान नूं बेहोश कर दिता गया। पीड़ित नौजवान ने दस्या कि हमला करने वालियां विच उसके रिश्तेदार भी शामिल सी ते 10 तो 12 लोगों वालों उसते हमला किया गया ते गोलियां भी चलाईयां गईयां। दस दे कि श्री मुक्तसर साहब दे विच वारदात वापरी है जिथे आप दे ब्लाक प्रधान लाडी कृपालके ते फायरिंग हुई है। मिली जानकारी अनुसार रात दे समय ते नौजवान दे घर दे बाहर हमलावर आउंदे ने ते उस नाल कुटमार करदे ने, जिस तो बाद उसते फायरिंग की जाती है, पर खुशकिस्मती नाल नौजवान दे गोली नहीं लगती। उन्हां वल्लों डांगा नाल उसकी कुटमार की जाती है ते उसनू बेहोश कर दिता जाता है, जिस तो बाद मौके तो फरार हो जाते हैं अते जख्मी शख्स नू जिस तो बाद हस्पताल भर्ती करवाया जाता है ते हुण हमलावरां ते ओह कार्रवाई की मांग कर रहे हैं। मिली जानकारी अनुसार यह सारा मामला सरकारी स्कूल च बन रहे आंगनवाड़ी सेंटर के कमरे का है ते हुण पुलिस ने मामला दर्ज करके जांच शुरू कर दी है। खड़क सिंह का परिवार ते दर्शन सिंह होजी का परिवार, ਜੋਸ਼ੀ ਸਿੰਘ ਨੰਬਰਦਾਰ ਦਾ ਪਰਿਵਾਰ ਦੇ ਮੁੰਡੇ ਹੈਗੇ ਸਾਰੇ, ਇਹਨਾਂ ਨੇ ਮੇਰੇ 'ਤੇ ਕਾਤਲਾਨਾ ਹਮਲਾ ਕੀਤਾ ਜੀ। ਉਹਦੇ ਵਿੱਚ ਫਾਇਰਿੰਗ ਵੀ ਕੀਤੀ ਗਈ ਘਰ ਆ ਕੇ, ਪਹਿਲਾਂ ਮੇਰੇ ਤਾਏ ਦੇ ਗੇਟ ਅੱਗੇ ਹੱਥ ਲੱਗ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਬਾਅਦ 'ਚ ਗੇਟ ਅੱਗੇ ਜਾ ਕੇ ਮੇਰੇ ਨਾਲ ਮੇਰੇ 'ਤੇ ਗੋਲੀ ਵੀ ਚਲਾਈ ਹੈ ਜੀ ਅਤੇ ਹੋਰ 'ਤੇ ਤਿੰਨ ਚਾਰ ਹਮਲਾ ਕੀਤਾ ਜੀ। ਮਾਮਲਾ ਕੋਈ ਵੀ ਨਹੀਂ, ਬਸ ਜੀ ਪਿੰਡ ਦੇ ਵਿੱਚ ਕੋਈ ਰੰਜਿਸ਼ ਨਹੀਂ ਮੇਰੀ ਨਾਲ, ਕੋਈ ਮੇਰੇ ਨਾਲ ਹੋਰ ਇਹਨਾਂ ਦਾ ਰਿਸ਼ਤੇਦਾਰੀ ਵੀ ਹੈ ਸਗੋਂ, ਅਤੇ ਕੋਈ ਬਸ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਹੈ ਨਹੀਂ ਸੀ ਮੇਰੇ ਨਾਲ। ਕਿੰਨੇ ਜਣੇ ਸੀ, ਕੌਣ ਕੌਣ ਸੀ ਪਿੰਡ? ਇਹ ਜਣੇ ਤਾਂ ਜੀ ਮੈਂ ਤਾਂ ਜਿੰਨੇ 5-4 ਜਣੇ 6 ਜਣੇ ਜਿੰਨੇ ਵੀ ਛਾਣ ਸਕਿਆ, ਜਦੋਂ ਮੇਰੇ ਸੱਟ ਮਾਰੀ ਉਸ ਤੋਂ ਬਾਅਦ ਮੈਂ ਤਾਂ ਬੇਹੋਸ਼ ਹੋ ਗਿਆ ਸੀ ਜੀ, ਅਤੇ ਬੰਦੇ ਸੀਗੇ 10-12 ਜਣੇ। ਕਿੱਥੋਂ ਦੇ ਰਹਿਣ ਵਾਲੇ ਕੋਈ ਪਤਾ ਲੱਗਿਆ? ਪਾਲਕੀਆਂ ਦੇ ਜੀ ਸਾਰੇ। ਕੀ ਨਾਮ ਹੈ ਜੀ? ਇੱਕ ਤਾਂ ਦਰਸ਼ਨ ਸਿੰਘ ਫੌਜੀ ਹੈ ਜੀ, ਜਿਹਨੇ ਮੇਰੇ ਸਿਰ 'ਚ ਡਾਂਗ ਮਾਰੀ ਹੈ ਜੀ ਸਿੱਧੀ, ਅਤੇ ਦੂਜੇ ਨੰਬਰ 'ਤੇ ਹੈਗਾ ਮਨਟੂ ਰਾਜਵਿੰਦਰ, ਅਤੇ ਇਹਦਾ ਪੋਤਰਾ, ਦੋਨੋਂ ਪੋਤਰੇ ਆ ਜੀ, ਇੱਕ ਪੋਤਰੇ ਦਾ ਨਾਮ ਤੁਹਾਨੂੰ ਪਤਾ ਨਹੀਂ ਛੋਟੇ ਦਾ, ਵੱਡੇ ਪੋਤਰੇ ਦਾ ਨਾਮ ਹਰਦਮ ਹੈ ਜੀ, ਜਿਹਨੇ ਮੇਰੇ ਡਾਂਗਾਂ ਨਾਲ ਸਿਰ 'ਚ ਮਾਰੀ। ਨੌਜਵਾਨ ਅਤੇ ਰਿਸ਼ਤੇਦਾਰ ਨੇ ਹੀ ਚਲਾਈਆਂ ਗੋਲੀਆਂ, 10 ਤੋਂ 12 ਲੋਕਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਕੁੱਟਮਾਰ ਕਰਕੇ ਮੌਕੇ ਤੋਂ ਹੋਏ ਫਰਾਰ। ਦੱਸ ਦੇ ਕਿ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਅਤੇ ਉਸਦੇ ਰਿਸ਼ਤੇਦਾਰਾਂ ਨੇ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸਦੇ ਸਿਰ 'ਤੇ ਵਾਰ ਕਰਕੇ ਉਸ ਨੌਜਵਾਨ ਨੂੰ ਬੇਹੋਸ਼ ਕਰ ਦਿੱਤਾ ਗਿਆ। ਪੀੜਿਤ ਨੌਜਵਾਨ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿੱਚ ਉਸਦੇ ਰਿਸ਼ਤੇਦਾਰ ਵੀ ਸ਼ਾਮਿਲ ਸੀ ਅਤੇ 10 ਤੋਂ 12 ਲੋਕਾਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਦੱਸ ਦੇ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਆਪ ਦੇ ਬਲਾਕ ਪ੍ਰਧਾਨ ਲਾਡੀ ਕਿਰਪਾਲਕੇ ਤੇ ਫਾਇਰਿੰਗ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਤੇ ਨੌਜਵਾਨ ਦੇ ਘਰ ਦੇ ਬਾਹਰ ਹਮਲਾਵਰ ਆਉਂਦੇ ਨੇ ਤੇ ਉਸ ਨਾਲ ਕੁੱਟਮਾਰ ਕਰਦੇ ਨੇ, ਜਿਸ ਤੋਂ ਬਾਅਦ ਉਸਤੇ ਫਾਇਰਿੰਗ ਕੀਤੀ ਜਾਂਦੀ ਹੈ, ਪਰ ਖੁਸ਼ਕਿਸਮਤੀ ਨਾਲ ਨੌਜਵਾਨ ਦੇ ਗੋਲੀ ਨਹੀਂ ਲੱਗਦੀ। ਉਹਨਾਂ ਵੱਲੋਂ ਡਾਂਗਾਂ ਨਾਲ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸਨੂੰ ਬੇਹੋਸ਼ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਜ਼ਖਮੀ ਸ਼ਖਸ ਨੂੰ ਜਿਸ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤੇ ਹੁਣ ਹਮਲਾਵਰਾਂ ਤੇ ਉਹ ਕਾਰਵਾਈ ਦੀ ਮੰਗ ਕਰ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਸਰਕਾਰੀ ਸਕੂਲ 'ਚ ਬਣ ਰਹੇ ਆਂਗਣਵਾੜੀ ਸੈਂਟਰ ਦੇ ਕਮਰੇ ਦਾ ਹੈ ਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੜਕ ਸਿੰਘ ਦਾ ਪਰਿਵਾਰ ਤੇ ਦਰਸ਼ਨ ਸਿੰਘ ਫੌਜੀ ਦਾ ਪਰਿਵਾਰ, ਜੋਸ਼ੀ ਸਿੰਘ ਨੰਬਰਦਾਰ ਦਾ ਪਰਿਵਾਰ ਦੇ ਮੁੰਡੇ ਹੈਗੇ ਸਾਰੇ, ਇਹਨਾਂ ਨੇ ਮੇਰੇ 'ਤੇ ਕਾਤਲਾਨਾ ਹਮਲਾ ਕੀਤਾ ਜੀ। ਉਹਦੇ ਵਿੱਚ ਫਾਇਰਿੰਗ ਵੀ ਕੀਤੀ ਗਈ ਘਰ ਆ ਕੇ, ਪਹਿਲਾਂ ਮੇਰੇ ਤਾਏ ਦੇ ਗੇਟ ਅੱਗੇ ਹੱਥ ਲੱਗ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਬਾਅਦ 'ਚ ਗੇਟ ਅੱਗੇ ਜਾ ਕੇ ਮੇਰੇ ਨਾਲ ਮੇਰੇ 'ਤੇ ਗੋਲੀ ਵੀ ਚਲਾਈ ਹੈ ਜੀ ਅਤੇ ਹੋਰ 'ਤੇ ਤਿੰਨ ਚਾਰ ਹਮਲਾ ਕੀਤਾ ਜੀ। ਮਾਮਲਾ ਕੋਈ ਵੀ ਨਹੀਂ, ਬਸ ਜੀ ਪਿੰਡ ਦੇ ਵਿੱਚ ਕੋਈ ਰੰਜਿਸ਼ ਨਹੀਂ ਮੇਰੀ ਨਾਲ, ਕੋਈ ਮੇਰੇ ਨਾਲ ਹੋਰ ਇਹਨਾਂ ਦਾ ਰਿਸ਼ਤੇਦਾਰੀ ਵੀ ਹੈ ਸਗੋਂ, ਅਤੇ ਕੋਈ ਬਸ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਹੈ ਨਹੀਂ ਸੀ ਮੇਰੇ ਨਾਲ। ਕਿੰਨੇ ਜਣੇ ਸੀ, ਕੌਣ ਕੌਣ ਸੀ ਪਿੰਡ? ਇਹ ਜਣੇ ਤਾਂ ਜੀ ਮੈਂ ਤਾਂ ਜਿੰਨੇ 5-4 ਜਣੇ 6 ਜਣੇ ਜਿੰਨੇ ਵੀ ਛਾਣ ਸਕਿਆ, ਜਦੋਂ ਮੇਰੇ ਸੱਟ ਮਾਰੀ ਉਸ ਤੋਂ ਬਾਅਦ ਮੈਂ ਤਾਂ ਬੇਹੋਸ਼ ਹੋ ਗਿਆ ਸੀ, ਅਤੇ ਬੰਦੇ ਸੀਗੇ 10-12 ਜਣੇ। ਕਿੱਥੋਂ ਦੇ ਰਹਿਣ ਵਾਲੇ ਕੋਈ ਪਤਾ ਲੱਗਿਆ? ਪਾਲਕੀਆਂ ਦੇ ਜੀ ਸਾਰੇ। ਕੀ ਨਾਮ ਹੈ ਜੀ? ਇੱਕ ਤਾਂ ਦਰਸ਼ਨ ਸਿੰਘ ਫੌਜੀ ਹੈ ਜੀ, ਜਿਹਨੇ ਮੇਰੇ ਸਿਰ 'ਚ ਡਾਂਗ ਮਾਰੀ ਹੈ ਜੀ ਸਿੱਧੀ, ਅਤੇ ਦੂਜੇ ਨੰਬਰ 'ਤੇ ਹੈਗਾ ਮਨਟੂ ਰਾਜਵਿੰਦਰ, ਅਤੇ ਇਹਦਾ ਪੋਤਰਾ, ਦੋਨੋਂ ਪੋਤਰੇ ਆ ਜੀ, ਇੱਕ ਪੋਤਰੇ ਦਾ ਨਾਮ ਤੁਹਾਨੂੰ ਪਤਾ ਨਹੀਂ ਛੋਟੇ ਦਾ, ਵੱਡੇ ਪੋਤਰੇ ਦਾ ਨਾਮ ਹਰਦਮ ਹੈ ਜੀ,
ਜਿਵੇਂ ਮੇਰੇ ਦਾਦਾ ਨਾਲ।